ਸ਼ਿਕਾਲ ਮੈਂ ਅੱਜ ਵਿੰਪੀ ਸਿੱਧੂ ਤੁਸੀਂ ਵੇਖ ਰਹੇ ਹੋ ਟ੍ਰੈਂਡਸੈਟਰ ਪੰਜਾਬੀ ਦੇ ਪ੍ਰੋਗਰਾਮ ਗੱਪ ਸ਼ੱਪ ਵਿਦ ਚਾਹ ਦਾ ਗੱਪ। ਤੁਹਾਨੂੰ ਪਤਾ ਹੀ ਹੈ ਹਰ ਵੀਕਐਂਡ ਲੈ ਕੇ ਆਉਂਦੀ ਹਾਂ ਤੁਹਾਡੇ ਲਈ ਇਹ ਪ੍ਰੋਗਰਾਮ ਜਿਸ ਦੇ ਤਹਿਤ ਤੁਹਾਨੂੰ ਮਿਲਵਾਉਂਦੀ ਹਾਂ ਕਿਸੇ ਮਾਣ ਬੱਤੀ ਪਰਸਨੈਲਿਟੀ ਦੇ ਨਾਲ ਕੁਛ ਇਹੋ ਜਿਹੀਆਂ ਸ਼ਖਸੀਅਤਾਂ ਜਿਨ੍ਹਾਂ ਨੇ ਆਪਣੀ ਜ਼ਿੰਦਗੀ 'ਚ ਕੁਛ ਮਾਰ ਕੇ ਮਾਰੇ ਨੇ, ਕੋਈ ਟ੍ਰੈਂਡ ਸੈੱਟ ਕੀਤਾ ਹੈ। ਅੱਜ ਕੌਣ ਨੇ ਮੇਰੇ ਨਾਲ? ਕਿਤਾਬਾਂ ਤੇ ਕੁੜੀਆਂ ਤੋਂ ਸੱਖਣੇ ਜੋ ਕਰਨੇ ਉਹ ਘਰ ਖਾ ਦੇ ਕਰਨੇ, ਬਸ ਸੁਣਨੇ ਜੇ ਦਰਨੇ। ਕਿਤਾਬਾਂ ਦੀ ਦੁਨੀਆਂ ਤੋਂ ਜੋ ਰੱਖਦੇ ਨੇ ਦੂਰੀ, ਉਹ ਲੋਕ ਕਿੰਜ ਨੇ ਜਿਉਂਦੇ, ਉਹ ਕੈਸੇ ਬਸ਼ਰ ਨੇ। ਕਿਤਾਬ ਤੇ ਕੁੜੀ ਜ਼ਿੰਦਗੀ 'ਚ ਬੜੀ ਮਾਇਨੇ ਰੱਖਦੀ ਹੈ। ਕਿਤਾਬ ਤੇ ਕੁੜੀ ਸਾਨੂੰ ਜ਼ਿੰਦਗੀ ਦੀ ਇੱਕ ਨਵੀਂ ਸੇਧ ਦਿੰਦੀ ਹੈ, ਰੋਸ਼ਨੀ ਦਿੰਦੀ ਹੈ, ਚੇਤਨਾ ਦਾ ਵਿਸਤਾਰ ਕਰਦੀ ਹੈ। ਅਤੇ ਤਹਿਜ਼ੀਬ ਕਦੇ ਵੀ ਉਸ ਇਨਸਾਨ ਦਾ ਪੱਲਾ ਨਹੀਂ ਛੱਡਦੀ ਜਿਸ ਘਰ ਦੇ ਵਿੱਚ ਕੁੜੀਆਂ ਦੇ ਹਾਸੇ ਛਣਕਦੇ ਹੋਣ, ਜਿਸ ਘਰ ਦੀਆਂ ਸ਼ੈਲਫਾਂ 'ਤੇ ਬਿਹਤਰੀਨ ਕਿਤਾਬਾਂ ਪਈਆਂ ਹੋਣ, ਉਹ ਘਰ ਦੇ ਵਿੱਚ ਤਹਿਜ਼ੀਬ ਹੋਏਗੀ, ਲਿਆਕਤ ਹੋਏਗੀ, ਰੋਸ਼ਨੀ ਹੋਏਗੀ, ਚੇਤਨਾ ਹੋਏਗੀ, ਅਤੇ ਚਾਨਣ ਹੀ ਚਾਨਣ ਸਾਰੇ ਪਾਸੇ ਪਸਰਿਆ ਹੋਏਗਾ। ਤੁਸੀਂ ਸਮਝ ਗਏ ਹੋਵੋਗੇ ਮੈਂ ਕਿਤਾਬਾਂ ਦੀ ਗੱਲ ਕਰਨ ਜਾ ਰਹੀ ਹਾਂ ਅਤੇ ਕਿੰਨਾ ਮਿਲਵਾਉਣ ਜਾ ਰਹੀ ਹਾਂ। ਜੀ ਜਨਾਬ, ਪੰਜਾਬੀ ਦੇ ਵਿੱਚ ਬਹੁਤ ਜ਼ਿਆਦਾ ਪੜ੍ਹੇ ਜਾਣ ਵਾਲੇ, ਸਭ ਤੋਂ ਵੱਧ ਪੜ੍ਹੇ ਜਾਣ ਵਾਲੇ, ਸਭ ਤੋਂ ਵੱਧ ਸੁਣੇ ਜਾਣ ਵਾਲੇ ਸਾਡਾ ਬਹੁਤ ਹੀ ਮਾਣ ਮੱਤਾ ਲੇਖਕ ਨਰਿੰਦਰ ਸਿੰਘ ਕਪੂਰ। ਸਤਿ ਸ਼੍ਰੀ ਅਕਾਲ ਸਰ, ਗੱਪ ਸ਼ੱਪ ਵਿੱਚ ਚਾਹ ਦਾ ਕੱਪ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ। ਮਿਹਰਬਾਨੀ। ਨਰਿੰਦਰ ਸਿੰਘ ਕਪੂਰ ਨੂੰ ਕੀ ਲੱਗਦਾ ਇਹੋ ਜਿਹਾ ਕਿ ਉਹ ਕੀ ਦੂਜੇ ਲੇਖਕਾਂ ਨਾਲੋਂ ਇਹੋ ਜਿਹਾ ਕੀ ਵੱਖਰਾ ਹੈ ਕਿ ਉਹਨੂੰ ਲੋਕ ਇੰਨਾ ਜ਼ਿਆਦਾ ਪੜ੍ਹ ਰਹੇ ਨੇ, ਇੰਨਾ ਜ਼ਿਆਦਾ ਸੁਣਨਾ ਪਸੰਦ ਕਰ ਰਹੇ ਨੇ, ਇੰਨਾ ਜ਼ਿਆਦਾ ਉਹਨਾਂ ਨਾਲ ਡਾਇਲੋਗ ਕਰਨਾ ਪਸੰਦ ਕਰ ਰਹੇ ਨੇ, ਕੀ ਆਪਣੇ ਆਪ 'ਚ ਕੀ ਵੱਖਰਾ ਲੱਗਦਾ ਆ? ਮੇਰਾ ਖਿਆਲ ਹੈ ਜੇ ਮੈਨੂੰ ਤੁਹਾਡੇ ਵਾਂਗੂ ਬੋਲਣ ਆ ਜਾਵੇ ਨਾ, ਹੋਰ ਪਿਆਰ ਕਰਨਗੇ। ਨਹੀਂ ਸਰ, ਖੁੱਲੀਆਂ ਗੱਲਾਂ ਕਰਾਂਗੇ। ਐਗਜ਼ੈਕਟਲੀ ਐਗਜ਼ੈਕਟਲੀ, ਖੁੱਲੇ ਮਨ ਨਾਲ ਗੱਲਾਂ ਕਰਾਂਗੇ। ਹਾਂ ਹਾਂ, ਬਿਲਕੁਲ, ਖੁੱਲੇ ਉਦਾਰ ਮਨ ਨਾਲ ਗੱਲਾਂ ਨੂੰ ਲੈਣਾ। ਬਿਲਕੁਲ ਬਿਲਕੁਲ ਸਰ, ਤੇ ਇਉਂ ਮਹਿਸੂਸ ਕਰੋ ਜਿਵੇਂ ਆਪਣੇ ਘਰ ਦੀ ਰਸੋਈ ਵਿੱਚ ਬੈਠੇ ਹੋ। ਬਿਲਕੁਲ ਸਰ, ਭੂਆ ਦੇ ਘਰ ਵਿੱਚ ਆਏ ਹੋਏ ਹਾਂ। ਭੂਆ ਦੇ ਘਰ 'ਚ ਆਏ ਹੋ, ਨਾਨਕਿਆਂ ਦੇ ਘਰ 'ਚ ਬੈਠੇ ਹੋ। ਸਰ, ਮੈਂ ਅੱਜ ਆਪਣੇ ਟੀਚਰ ਦੇ ਘਰ 'ਚ ਬੈਠੀ ਹਾਂ। ਮੈਂ ਦੱਸ ਦੇਣਾ ਚਾਹੁੰਦੀ ਹਾਂ ਕਿ ਨਰਿੰਦਰ ਸਿੰਘ ਕਪੂਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ, ਤੁਹਾਨੂੰ ਸਾਰਿਆਂ ਨੂੰ ਪਤਾ ਕਿ ਲੰਬਾ ਸਮਾਂ ਇਹਨਾਂ ਨੇ ਪੜ੍ਹਾਇਆ ਹੈ, ਇੱਥੋਂ ਹੀ ਸੇਵਾ ਮੁਕਤ ਹੋਏ ਨੇ, ਅਤੇ ਮੈਂ ਇਸੇ ਯੂਨੀਵਰਸਿਟੀ ਸਟੂਡੈਂਟ ਹਾਂ। ਸੋ ਅੱਜ ਇੱਕ ਕੁੜੀ ਆਪਣੇ ਬਾਪ ਨਾਲ ਗੱਲਾਂ ਕਰ ਰਹੀ ਹੈ, ਇੱਕ ਸਟੂਡੈਂਟ ਆਪਣੇ ਟੀਚਰ ਨਾਲ ਗੱਲਾਂ ਕਰ ਰਹੀ ਹੈ। ਨਰਿੰਦਰ ਸਿੰਘ ਕਪੂਰ ਨੂੰ ਕੀ ਲੱਗਦਾ ਹੈ ਕਿ ਉਹਦੀਆਂ ਲਿਖਤਾਂ ਦੇ ਵਿੱਚ ਇਹੋ ਜਿਹਾ ਕੀ ਖਾਸ ਹੈ ਕਿ ਲੋਕ ਉਹਨੂੰ ਇੰਨਾ ਜ਼ਿਆਦਾ ਪਿਆਰ ਕਰ ਰਹੇ ਆ? ਦੂਜੇ ਲਿਟਰੇਚਰ ਦੇ ਮੱਦੇ ਨਜ਼ਰ ਨਰਿੰਦਰ ਸਿੰਘ ਕਪੂਰ 'ਚ ਕੀ ਵੱਖਰਾ ਇਹੋ ਜਿਹਾ? ਵੱਖਰਾ ਤਾਂ ਕੁਛ ਨਹੀਂ, ਅਸਲ 'ਚ ਸਮੇਂ ਦੀ ਜਿਹੜੀ ਲੋੜ ਹੁੰਦੀ ਹੈ ਨਾ ਜੀ, ਉਸ ਨੂੰ ਪੂਰਾ ਕਰਨ ਵੱਲ ਜੇ ਤੁਸੀਂ ਧਿਆਨ ਦਿਓਗੇ ਤਾਂ ਤੁਹਾਨੂੰ ਪ੍ਰਵਾਨਗੀ ਮਿਲੇਗੀ। ਤੁਸੀਂ ਸਮੇਂ ਦੇ ਜਿਹੜੀਆਂ ਜ਼ਰੂਰਤਾਂ ਨੂੰ ਮੱਦੇ ਨਜ਼ਰ ਰੱਖਦੇ ਲਿਖਿਆ। ਇਸ ਵੇਲੇ ਸਮਾਜ ਦੇ ਵਿੱਚ ਡਿਪਰੈਸ਼ਨ ਹੈ ਜੀ, ਟੈਨਸ਼ਨ ਹੈ ਜੀ, ਸੋ ਇਹਨਾਂ ਮਸਲਿਆਂ ਸੰਬੰਧੀ ਲੋਕ ਜਾਣਨਾ ਚਾਹੁੰਦੇ ਆ ਵੀ ਇਹ ਕਿਉਂ ਹੈ, ਇਹਨੂੰ ਕਿਵੇਂ ਦੂਰ ਕੀਤਾ ਜਾ ਸਕਦਾ। ਹਰ ਇੱਕ ਵਿਅਕਤੀ ਵਿਕਾਸ ਕਰਨਾ ਚਾਹੁੰਦਾ ਹੈ, ਉਹ ਚੰਗੀ ਜ਼ਿੰਦਗੀ ਜਿਉਣੀ ਚਾਹੁੰਦਾ ਹੈ, ਲੋਕਾਂ ਦੇ ਸੰਪਰਕ ਵਿੱਚ ਆਉਣਾ ਚਾਹੁੰਦਾ ਹੈ, ਜ਼ਿੰਦਗੀ ਨੂੰ ਮਾਣਨਾ ਚਾਹੁੰਦਾ ਹੈ। ਸੋ ਉਸ ਦੀਆਂ ਲੋੜਾਂ ਨੂੰ ਪੂਰੀਆਂ ਕਰਨ ਵਾਲੀਆਂ ਕਿਤਾਬਾਂ ਜਾਂ ਲਿਖਣ ਵਾਲਾ ਲੇਖਕ ਜਦੋਂ ਇਹਨਾਂ ਗੱਲਾਂ ਵੱਲ ਧਿਆਨ ਦੇਗਾ ਤਾਂ ਉਸ ਨੂੰ ਪੜ੍ਹਿਆ ਜਾਵੇਗਾ। ਬਿਲਕੁਲ ਬਿਲਕੁਲ, ਮੈਂ ਤਾਂ ਕਹਿੰਦਾ ਹੈਗਾ ਜੇ ਤੁਸੀਂ ਪੜ੍ਹੋਗੇ ਪੜ੍ਹਦੇ ਰਹੋਗੇ ਤੁਹਾਨੂੰ ਪੜ੍ਹਨਾ ਆ ਜਾਏਗਾ, ਲਿਖੋਗੇ ਲਿਖਦੇ ਰਹੋਗੇ ਤੁਹਾਨੂੰ ਲਿਖਣਾ ਆ ਜਾਵੇਗਾ, ਦੂਜਿਆਂ ਵੱਲ ਧਿਆਨ ਦਿਓਗੇ ਦਿੰਦੇ ਰਹੋਗੇ ਉਹਨਾਂ ਵੱਲੋਂ ਪ੍ਰਵਾਨਗੀ ਮਿਲਣੀ ਸ਼ੁਰੂ ਹੋ ਜਾਏਗੀ। ਤੁਹਾਨੂੰ ਬਹੁਤ ਜ਼ਿਆਦਾ ਲੋਕਾਂ ਨੇ ਪਸੰਦ ਕੀਤਾ, ਡੈਫੀਨੇਟਲੀ ਤੁਸੀਂ ਮੋਟੀਵੇਟ ਕਰਦੇ ਹੋ ਥਰੂ ਲਿਟਰੇਚਰ, ਥਰੂ ਯੂਅਰ ਬੁੱਕਸ, ਜਿਹੜੇ ਲੋਕ ਨੇ ਉਹ ਮੋਟੀਵੇਟ ਹੁੰਦੇ ਨੇ। ਇਹੋ ਜਿਹੇ ਤੁਹਾਡੇ ਪਾਠਕ ਨੇ ਜਿਹੜੇ ਇਹ ਗੱਲ ਕਹਿੰਦੇ ਨੇ ਕਿ ਜਦੋਂ ਮੈਂ ਉਦਾਸੀ ਵੱਲ ਵਧਣ ਲੱਗਦਾ, ਜਦੋਂ ਮੈਂ ਚਿੰਤਾ 'ਚ ਜਾਣ ਲੱਗਦਾ, ਮੈਂ ਨਰਿੰਦਰ ਸਿੰਘ ਕਪੂਰ ਦੀਆਂ ਕਿਤਾਬਾਂ ਖੋਲ੍ਹ ਕੇ ਬਹਿ ਜਾਂਦਾ ਅਤੇ ਮੇਰੀ ਜਿਹੜੀ ਚਿੰਤਾ ਉਹ ਦੂਰ ਹੋਣੀ ਸ਼ੁਰੂ ਹੋ ਜਾਂਦੀ ਹੈ। ਸੋ ਇਹ ਨਰਿੰਦਰ ਸਿੰਘ ਕਪੂਰ ਦੀ ਇੱਕ ਬਹੁਤ ਵੱਡੀ ਜਿਹੜੀ ਉਹ ਪ੍ਰਾਪਤੀ ਹੈ। ਲੋਕਾਂ ਨੇ ਤਾਂ ਬਹੁਤ ਜ਼ਿਆਦਾ ਪਸੰਦ ਕੀਤਾ ਨਰਿੰਦਰ ਸਿੰਘ ਕਪੂਰ ਨੂੰ, ਬਹੁਤ ਜ਼ਿਆਦਾ ਤੁਸੀਂ ਪਾਪੂਲਰ ਹੈਗੇ ਹੋ। ਸਾਹਿਤ ਦੇ ਵਿੱਚ ਆਪਣੀ ਸਪੇਸ ਕਿੱਥੇ ਜਮਾਉਂਦੇ ਹੋ ਸਰ? ਸਾਹਿਤ ਦੇ ਵਿੱਚ, ਪੰਜਾਬੀ ਸਾਹਿਤ ਦੇ ਵਿੱਚ ਆਪਣੀ ਥਾਂ ਕਿੱਥੇ ਕਮਾਉਂਦੇ ਹੋ? ਨਹੀਂ, ਥਾਂ ਦੀ ਕੋਈ ਸਮੱਸਿਆ ਨਹੀਂ ਹੈ, ਮਤਲਬ ਹਰ ਲੇਖਕ ਜਿਹੜਾ ਹੈ ਨਾ ਉਹ ਜੇਕਰ ਸੁਹਿਰਦ ਹੋ ਕੇ ਲਿਖੇ, ਇਮਾਨਦਾਰ ਹੋ ਕੇ ਲਿਖੇ, ਪਾਠਕ ਨੂੰ ਧਿਆਨ ਵਿੱਚ ਰੱਖ ਕੇ ਲਿਖੇ, ਉਸ ਦੀਆਂ ਸਮੱਸਿਆਵਾਂ ਬਾਰੇ ਲਿਖੇ,
ਉਸਦੀ ਥਾਂ ਬਣ ਜਾਏਗੀ। ਥਾਂ ਦੀ ਜਿਹੜੀ ਹੈ ਨਾ ਗੱਲ, ਇਹ ਹੁਣ ਬੜੀ ਪੁਰਾਣੀ ਹੋ ਗਈ ਹੈਗੀ ਆ। ਪਹਿਲਾਂ ਕਈ ਵਾਰੀ ਦੋ ਲੇਖਕਾਂ ਦੀ ਤੁਲਨਾ ਕੀਤੀ ਜਾਂਦੀ ਸੀਗੀ, ਇਹ ਵੀ ਕੋਈ ਅਰਥ ਨਹੀਂ ਰੱਖਦੀ ਹੈ। ਸੋ ਕਿਸੇ ਵੇਲੇ ਗੁਰਬਖਸ਼ ਸਿੰਘ ਪ੍ਰੀਤਲੜੀ ਲੋਕਾਂ ਦੇ ਮਨਾਂ ਉੱਤੇ ਉਸਦੇ ਰਾਜ ਸੀ। ਨਾਨਕ ਸਿੰਘ, ਜਸਵੰਤ ਸਿੰਘ ਕੰਵਲ ਦਾ ਨਾਵਲਾਂ ਦਾ ਲੋਕਾਂ ਦੇ ਮਨਾਂ ਉੱਤੇ ਪ੍ਰਭਾਵ ਸੀ। ਹੁਣ ਨਾਨਕ ਸਿੰਘ ਅਤੇ ਜਸਵੰਤ ਸਿੰਘ ਕੰਵਲ ਸਕੂਲ ਕਾਲਜ ਗਏ ਬਿਨਾਂ ਵੀ ਨਾਵਲ ਲਿਖਦੇ ਰਹੇ ਅਤੇ ਉਹਨਾਂ ਦੇ ਨਾਵਲ ਪੜ੍ਹੇ ਜਾਂਦੇ ਰਹੇ। ਬਿਲਕੁਲ ਬਿਲਕੁਲ ਸਹੀ ਕਿਹਾ ਸਰ। ਗੁਰਬਖਸ਼ ਸਿੰਘ ਪ੍ਰੀਤਲੜੀ ਬੇਸਿਕਲੀ ਇੰਜੀਨੀਅਰ ਸੀ ਜੀ, ਅਮਰੀਕਾ ਗਏ। ਉਹਨਾਂ ਕੋਲ ਇੱਕ ਸੁਨੇਹਾ ਸੀ, ਮੈਸੇਜ ਸੀ ਜੀ ਜੀ, ਮੈਂ ਯੂਨੀਵਰਸਿਟੀ ਵਿੱਚ ਪ੍ਰੋਫੈਸਰ ਰਿਹਾ ਅਤੇ ਵਿਦਿਆਰਥੀਆਂ ਨੂੰ ਮੋਟੀਵੇਟ ਕਰਨਾ ਮੇਰਾ ਧਰਮ ਸੀ, ਕਿਉਂਕਿ ਕਿਸੇ ਬੱਚੇ ਦੀ ਜਾਂ ਤੁਹਾਡੀ ਤਰੱਕੀ ਦੇ ਵਿੱਚ ਤੁਹਾਡੇ ਮਾਪਿਆਂ ਨਾਲੋਂ ਵੀ ਜ਼ਿਆਦਾ ਜਿਹੜਾ ਬੰਦਾ ਦਿਲਚਸਪੀ ਲੈਂਦਾ ਉਹ ਤੁਹਾਡਾ ਅਧਿਆਪਕ ਹੁੰਦਾ। ਬਿਲਕੁਲ ਬਿਲਕੁਲ ਸਹੀ ਕਿਹਾ ਸਰ ਤੁਸੀਂ, ਬਿਲਕੁਲ ਸਹੀ। ਅਧਿਆਪਕ ਨੂੰ, ਅਧਿਆਪਕ ਇਕੱਲਾ ਬੰਦਾ ਹੁੰਦਾ ਜਿਹੜਾ ਤੁਹਾਡੇ ਵਿਕਾਸ ਕਰਨ ਵੇਲੇ ਤੁਹਾਡੇ ਨਾਲ ਸਾੜਾ ਈਰਖਾ ਨਹੀਂ ਕਰਦਾ। ਸਹੀ ਕਿਹਾ, ਹੋਰ ਸਾਰੇ ਕਰਨਗੇ। ਬਿਲਕੁਲ, ਹੋਰ ਸਾਰੇ ਕਰਨਗੇ। ਸੋ ਇਸ ਢੰਗ ਦੇ ਨਾਲ ਹੁੰਦਾ ਕੀ ਹੈਗਾ, ਸਥਾਨ ਦਾ ਜਿਹੜਾ ਨਾ, ਇਹ ਕੋਈ ਵੀ ਲੇਖਕ ਜਿਹੜਾ ਨਾ 30-40 ਸਾਲ ਪੜ੍ਹਿਆ ਜਾਂਦਾ। ਜੇਕਰ ਕਹੋ ਨਾ ਕਿ ਕੋਈ ਲੇਖਕ ਸਦੀਆਂ ਤੱਕ ਪੜ੍ਹਿਆ ਜਾਵੇਗਾ, ਇਹ ਸੰਭਵ ਨਹੀਂ ਹੁੰਦਾ। ਹੁੰਦਾ 30-40 ਸਾਲਾਂ ਦੇ ਵਿੱਚ ਜਿਹੜਾ ਟੂਲ ਸਿਸਟਮ ਹੈ ਨਾ ਉਹ ਬਦਲ ਜਾਂਦਾ। ਪਿਛਲੇ 30 ਸਾਲਾਂ ਦੇ ਵਿੱਚ ਸਭ ਕੁਛ ਬਦਲ ਗਿਆ। ਉਸ ਬਦਲੀ ਹੋਈ ਹਾਲਾਤ ਦੇ ਵਿੱਚ ਇੱਕ ਨਵੀਂ ਕਿਸਮ ਦਾ ਸਾਹਿਤ ਚਾਹੀਦਾ, ਪੁਰਾਣਾ ਸਾਹਿਤ ਨਹੀਂ ਚੱਲੇਗਾ। ਹੁਣ ਨਾਨਕ ਸਿੰਘ ਅਤੇ ਜਸਵੰਤ ਸਿੰਘ ਕੰਵਲ ਵਰਗੇ ਨਾਵਲ ਜਿਹੜੇ ਨਾ ਉਹ ਉਹਨੇ ਪ੍ਰਵਾਨ ਨਹੀਂ ਹੋਣਗੇ, ਕਿਉਂਕਿ ਅਜੋਕੇ ਸਾਹਿਤ ਦਾ ਆਧਾਰ ਜਿਹੜਾ ਹੈ ਉਹ ਮਨੋਵਿਗਿਆਨ ਹੈ, ਉਹ ਟੈਕਨੋਲੋਜੀ ਹੈ, ਉਹ ਸਾਇੰਸ ਹੈ। ਸੋ ਇਹਨਾਂ ਨੂੰ ਧਿਆਨ 'ਚ ਰੱਖ ਕੇ ਜਿਹੜਾ ਲਿਖੇਗਾ ਉਹ ਪ੍ਰਵਾਨ ਹੋਏਗਾ, ਉਹਨੂੰ ਸਥਾਨ ਮਿਲੇਗਾ। ਜੀ ਜੀ ਜੀ, ਤੁਸੀਂ ਇੱਕ ਗੱਲ ਹੋਰ ਅਕਸਰ ਕਹਿੰਦੇ ਹੁੰਦੇ ਹੋ ਕਿ ਕਿਸੇ ਲੇਖਕ ਨੂੰ ਸਥਾਪਿਤ ਹੋਣ ਵਾਸਤੇ 5-6 ਕਿਤਾਬਾਂ ਦਾ ਲਿਖਿਆ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਪਰ ਆਲੋਚਕ ਜਿਹੜੇ ਨੇਗੇ ਉਹ ਇਹ ਵੀ ਕਹਿੰਦੇ ਨੇ, ਕੁਛ ਆਲੋਚਕਾਂ ਦਾ ਮੰਨਣਾ ਇਹ ਵੀ ਹੈ ਕਿ ਇੱਕ ਕਹਾਣੀ ਵੀ ਤੁਹਾਨੂੰ ਜਿਹੜੀ ਉਹ ਹਿੱਟ ਕਰ ਸਕਦੀ ਹੈ। ਉਹ ਜ਼ਮਾਨੇ ਲੰਘ ਗਏ, ਉਹ ਜ਼ਮਾਨੇ ਜਿਹੜੇ ਸੀ ਨਾ ਲੰਘ ਗਏ। ਓਕੇ, ਕੋਈ ਜ਼ਮਾਨਾ ਸੀ ਜਦੋਂ ਮੁੰਡੇ ਹੀ ਫਸਟ ਆਉਂਦੇ ਸੀ। ਜੀ, ਇੱਕ ਪੁੱਤਰ ਆਪਣੇ ਪਿਓ ਨੂੰ ਕਹਿੰਦਾ ਕਿ ਮੈਂ ਸੈਕਿੰਡ ਆਇਆ। ਅੱਛਾ ਜੀ। ਤੇ ਪਿਓ ਉਸ ਨੂੰ ਪੁੱਛਦਾ ਕਿ ਫਸਟ ਕੌਣ ਹੈ? ਕਹਿੰਦਾ ਫਸਟ ਇੱਕ ਕੁੜੀ ਹੈ। ਕਹਿੰਦਾ ਕੁੜੀ ਦਾ ਕੀ ਹੈ, ਅਗਲੀ ਵਾਰੀ ਤੂੰ ਉਹਨੂੰ ਪਿੱਛੇ ਛੱਡ ਦੇ। ਕਹਿੰਦਾ ਪਾਪਾ ਹੁਣ ਉਹ ਕੁੜੀਆਂ ਉਹ ਨਹੀਂ ਰਹੀਆਂ ਜਿਹੜੀਆਂ ਪਿੱਛੇ ਛੱਡੀਆਂ ਜਾ ਸਕਣ। ਸੋ ਕਹਿਣ ਤਾਂ ਪਾਵੇਗਾ, ਇਸ ਗੱਲ ਨੂੰ ਮੰਨ ਕੇ ਚੱਲਣਾ ਪਏਗਾ। ਮਿਹਨਤ ਬੋਲੇਗੀ, ਜੋ ਮਿਹਨਤ ਕਰੇਗਾ ਉਹ ਕਾਮਯਾਬ ਹੋਏਗਾ, ਭਾਵੇਂ ਉਹ ਕੁੜੀ ਹੋਵੇ ਤੇ ਭਾਵੇਂ ਉਹ ਮੁੰਡਾ ਹੋਵੇ। ਤੁਸੀਂ ਗੱਲ ਕੁੜੀ ਤੇ ਮੁੰਡੇ ਤੋਂ ਖੁਦ ਹੀ ਛੋਹ ਲਈ ਹੈ, ਹਨਾ। ਤੁਸੀਂ ਬੜਾ ਮਨੋਵਿਗਿਆਨਿਕ ਪੱਧਰ ਤੇ ਆਪਣੀਆਂ ਲਿਖਤਾਂ ਦੇ ਵਿੱਚ ਇਸ ਚੀਜ਼ ਨੂੰ ਸਪਸ਼ਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਤੁਸੀਂ ਸਾਈਕੋਲੋਜੀਕਲੀ ਪੜ੍ਹਨ ਦੀ ਕੋਸ਼ਿਸ਼ ਵੀ ਕੀਤੀ ਹੈ, ਹਨਾ, ਮੇਲ ਫੀਮੇਲ ਤੇ ਤੁਸੀਂ ਬਹੁਤ ਜ਼ਿਆਦਾ ਲਿਖਿਆ। ਔਰਤ ਨੂੰ ਤੁਸੀਂ ਇਹ ਗੱਲ ਮੰਨਦੇ ਹੋ ਕਿ ਔਰਤ ਹੈ ਜਿਹੜੀ ਬਹੁਤ ਜ਼ਿਆਦਾ ਕੇਅਰਿੰਗ ਹੁੰਦੀ ਹੈ, ਠੀਕ ਹੈ, ਔਰਤ ਦੇ ਵਿੱਚ ਡੈਡੀਕੇਸ਼ਨ ਬਹੁਤ ਜ਼ਿਆਦਾ ਹੁੰਦੀ ਹੈ। ਤੇ ਤੁਸੀਂ ਅੱਜ ਮੌਜੂਦਾ ਸਮੇਂ ਦੇ ਵਿੱਚ ਜੋ ਔਰਤ ਦੀ ਸਥਿਤੀ ਹੈ ਸੋਸ਼ਲ ਮੀਡੀਆ ਤੇ ਸਾਹਿਤ ਦੇ ਵਿੱਚ ਜਾਂ ਐਜੂਕੇਸ਼ਨ ਦੇ ਵਿੱਚ, ਤੁਸੀਂ ਔਰਤ ਨੂੰ ਅੱਜ ਦੇ ਜੋ ਤੋਂ ਕੀ ਮਤਲਬ ਜੋ ਤੁਹਾਡੇ ਮੁਤਾਬਕ ਇੱਕ ਔਰਤ ਸੁਹਿਰਦ ਔਰਤ ਦਾ ਇੱਕ ਬਿੰਬ ਹੈ, ਤੇ ਮੌਜੂਦਾ ਸਮੇਂ ਦੇ ਵਿੱਚ ਜੋ ਔਰਤ ਦਾ ਬਿੰਬ ਉੱਭਰ ਕੇ ਸਾਹਮਣੇ ਆ ਰਿਹਾ, ਕੀ ਕਹਿਣਾ ਚਾਹੋਗੇ? ਅਸਲ 'ਚ ਤਾਂ ਅਸੀਂ ਪਰਿਵਰਤਨ ਦੇ ਪ੍ਰੋਸੈਸ, ਪਰਿਵਰਤਨ ਦੀ ਪ੍ਰਕਿਰਿਆ ਵਿੱਚ ਪਏ ਹੋਏ ਹੈਗੇ ਹਾਂ। ਹਿੰਦੁਸਤਾਨ ਜਿਹੜਾ ਨਾ ਇਹ ਪਰੰਪਰਕ ਸਮਾਜ ਤੋਂ ਆਧੁਨਿਕ ਸਮਾਜ ਬਣ ਰਿਹਾ, ਉਸ ਦੇ ਵਿੱਚ ਔਰਤ ਦੀ ਭੂਮਿਕਾ ਬੜੀ ਅਹਿਮ ਹੈ। ਔਰਤ ਨੂੰ ਵਿਕਾਸ ਕਰਨ ਵਾਸਤੇ ਪਹਿਲਾਂ ਮੌਕੇ ਹੀ ਨਹੀਂ ਸੀ ਮਿਲਦੇ, ਹੁਣ ਉਸਨੂੰ ਮੌਕੇ ਮਿਲਣ ਲੱਗੇ ਹਨ ਤੇ ਉਹ ਕਮਾਲ ਕਰਨ ਲੱਗ ਪਈ ਹੈ। ਮੈਂ ਇੱਥੇ ਵੇਖਿਆ ਯੂਨੀਵਰਸਿਟੀ ਦੇ ਵਿੱਚ ਜੇਕਰ ਲੜਕੀਆਂ ਨੂੰ ਮੌਕਾ ਮਿਲੇ ਨਾ ਉਹ ਬੜੀਆਂ ਸਿਰਜਣਾਤਮਕ ਰਚਨਾਤਮਕ ਹੁੰਦੀਆਂ, ਉਹ
ਕਹਿਣ ਤੋਂ ਭਾਵ ਹੈ ਉਹਨਾਂ ਦੇ ਵਿੱਚ ਕੁਝ ਕਰਨ ਦੀ ਕਪੈਸਿਟੀ ਜਿਹੜੀ ਹੈ ਨਾ, ਆਰਟ ਜਾਂ ਕਲਾ ਜਾਂ ਸੰਗੀਤ ਜਾਂ ਫਾਈਨ ਆਰਟ ਜਾਂ ਪੇਂਟਿੰਗ ਜਾਂ ਕਵਿਤਾ, ਇਹਦੇ ਵਿੱਚ ਪੁਰਸ਼ ਨਾਲੋਂ ਜ਼ਿਆਦਾ ਹੈ, ਕਿਉਂਕਿ ਉਹਨਾਂ ਦੇ ਵਿੱਚ ਮਹਿਸੂਸ ਕਰਨ ਦੀ ਜਿਹੜੀ ਹੈ ਨਾ ਸ਼ਕਤੀ ਜਾਂ ਮਹਿਸੂਸ ਕਰਨ ਦਾ ਮਾਦਾ ਜਿਹੜਾ ਹੈ ਉਹ ਬੜਾ ਸਟਰੋਂਗ ਹੈ ਤੇ ਬੜਾ ਜ਼ਿਆਦਾ ਹੈ। ਜੋ ਹਾਲਤ ਪੈਦਾ ਕੀਤੀ ਜਾਵੇ ਤਾਂ ਉਹ ਕਮਾਲ ਕਰੇਗੀ। ਪੁਰਸ਼ ਦਾ ਖੇਤਰ ਜਿਹੜਾ ਹੈ ਹੋਰ ਹੈ, ਔਰਤ ਦਾ ਖੇਤਰ ਹੋਰ ਹੈ। ਔਰਤ ਨੇ ਜੀਵਨ ਨੂੰ ਜਿਉਣ ਯੋਗ ਬਣਾਉਣਾ ਹੁੰਦਾ ਹੈ, ਉਸਨੇ ਨਵੀਂ ਜਨਰੇਸ਼ਨ ਜਿਹੜੀ ਹੈ ਉਸਨੂੰ ਪਾਲਣਾ ਹੁੰਦਾ ਹੈ, ਉਸਨੂੰ ਆਪਣੇ ਬੱਚਿਆਂ ਨੂੰ ਸਿਖਾਉਣਾ ਹੁੰਦਾ ਹੈ ਕਿ ਸੰਸਾਰ ਨਾਲ ਵਰਤਣਾ ਕਿਵੇਂ ਹੈ, ਤੇ ਪਿਤਾ ਨੇ ਸਿਖਾਉਣਾ ਹੁੰਦਾ ਹੈ ਕਿ ਸੰਸਾਰ ਵਿੱਚ ਵਿਚਰਨਾ ਕਿਵੇਂ ਹੈ, ਕਿਉਂਕਿ ਕੰਪੀਟੀਸ਼ਨ ਹੈ। ਕੰਪੀਟੀਸ਼ਨ ਦੇ ਵਿੱਚ ਜੇ ਤਿਆਰੀ ਕਰਕੇ ਆਉਂਗੇ ਤਾਂ ਤੁਹਾਡਾ ਮੁੱਲ ਪਏਗਾ, ਨਹੀਂ ਤਾਂ ਰੁਲ ਜਾਓਗੇ। ਜਿਹੜੇ ਤਿਆਰ ਨਹੀਂ ਹੁੰਦੇ ਉਹਨਾਂ ਦੀ ਵਾਰੀ ਹੀ ਨਹੀਂ ਆਉਂਦੀ ਹੈਗੀ। ਸੋ ਔਰਤ ਜਿਹੜੀ ਹੈ ਉਸਦਾ ਬਿੰਬ ਬਦਲ ਰਿਹਾ, ਉਹ ਹਰ ਖੇਤਰ ਦੇ ਵਿੱਚ ਅੱਗੇ ਆ ਰਹੀ ਹੈ, ਉਸਦਾ ਰਸਤਾ ਹੁਣ ਰੋਕਿਆ ਨਹੀਂ ਜਾ ਸਕਦਾ। ਸਰ ਚੁਟਕਲੇ ਬੜੇ ਬਣ ਰਹੇ ਨੇ ਸੋਸ਼ਲ ਮੀਡੀਆ ਤੇ ਨਾ, ਫੀਮੇਲ ਤੁਸੀਂ ਤਾਂ ਸੋਚਦੇ ਹੋ ਕਿ ਜਿਹੜੀ ਔਰਤ ਹੈਗੀ ਉਹ ਕਿ ਸੁਹਿਰਦ ਹੈ, ਜਿਹੜੀ ਹੈਗੀ ਉਹ ਘਰ ਨੂੰ ਜੋੜਦੀ ਹੈ, ਉਹਦੀ ਮਤਲਬ ਕਿਸੇ ਵੀ ਗਰੋਥ ਦੇ ਵਿੱਚ, ਕਮੇਲ ਦੀ ਗਰੋਥ ਦੇ ਵਿੱਚ ਵੀ, ਮਤਲਬ ਘਰ ਦੀ ਡਿਵੈਲਪਮੈਂਟ ਦੇ ਵਿੱਚ ਫੀਮੇਲ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਹੈ। ਪਰ ਅੱਜ ਕੱਲ੍ਹ ਔਰਤ ਦਾ ਮੌਜੂ ਵੀ ਬਹੁਤ ਉਡਾਇਆ ਜਾ ਰਿਹਾ ਸੋਸ਼ਲ ਮੀਡੀਆ ਦੇ ਉੱਪਰ। ਕਿਹਾ ਜਾ ਰਿਹਾ ਕਿ ਔਰਤ ਜਿਹੜੀ ਉਹ ਇੰਨਾ ਕੁ ਸੋਚਦੀ ਹੈ, ਠੀਕ ਹੈ, ਉਹੀ ਚੀਜ਼ ਜਿਹੜੀ ਪੁਰਾਣੀ ਇੱਕ ਕਹਾਵਤ ਸੀ ਕਿ ਗੁੱਤੀ ਪਿੱਛੇ ਮੱਤ ਹੁੰਦੀ ਹੈ, ਹੈ ਨਾ। ਔਰ ਪੜ੍ਹਿਆ ਲਿਖਿਆ ਜਿਹੜਾ ਵਰਗ ਹੈ ਉਸ ਚੀਜ਼ ਨੂੰ ਇੱਥੇ ਕੁ ਲੈ ਆਇਆ ਕਿ ਔਰਤ ਦੀ ਜਿਹੜੀ ਇੰਨੇ ਉਹਦਾ ਕੈਨਵਸ ਵੱਡਾ ਨਹੀਂ ਹੁੰਦਾ, ਉਹ ਇੱਥੇ ਕੁ ਸੋਚਦੀ ਹੈ। ਸੋ ਬਹੁਤ ਤਰ੍ਹਾਂ ਦੇ ਜਿਹੜੇ ਚੁਟਕਲੇ ਉਹ ਚੱਲ ਰਹੇ ਨੇ, ਸਮਝਣ ਦੀ ਲੋੜ ਹੈਗੀ। ਆਪਾਂ ਖੁੱਲੀਆਂ ਗੱਲਾਂ ਕਰ ਰਹੇ ਹਾਂ। ਐਗਜ਼ੈਕਟਲੀ, ਜਿਹੜੇ ਤਾਂ ਔਰਤ ਸੰਬੰਧੀ ਚੁਟਕਲੇ ਹੈ ਨਾ, ਉਹ ਔਰਤ ਦੇ ਅਪਮਾਨ ਵਾਸਤੇ ਨਹੀਂ ਹੈਗੇ, ਉਹ ਇਹ ਇੰਡੀਕੇਟ ਕਰਦੇ ਆ ਕਿ ਸਮਾਜ ਦਾ, ਸਮਾਜ ਵਿੱਚ ਹੁਣ ਇਤਨੀ ਕੁ ਫਰੀਡਮ ਹੈ ਕਿ ਜੋ ਕੁਝ ਤੁਸੀਂ ਕਹਿਣਾ ਚਾਹੁੰਦੇ ਕਹਿ ਲਓ। ਔਰਤ ਜਿਹੜੀ ਹੈ ਆਮ ਤੌਰ ਤੇ ਜਦੋਂ ਕੋਈ ਚੁਟਕਲਾ ਸੁਣਾਇਆ ਜਾਂਦਾ ਨਾ, ਉਸ ਨੂੰ ਸਮਝਦੀ ਹੈ ਕਿ ਇਹ ਮੈਨੂੰ ਟਾਰਗੇਟ ਬਣਾ ਕੇ ਸੁਣਾਇਆ ਜਾ ਰਿਹਾ, ਇਸ ਤੋਂ ਥੋੜਾ ਜਿਹਾ ਉਹਨੂੰ ਉੱਪਰ ਉੱਠਣਾ ਪਏਗਾ। ਮਤਲਬ ਉਹ ਜਿੰਨੇ ਮਰਜ਼ੀ ਚੁਟਕਲੇ ਆਦਮੀਆਂ ਵਾਸਤੇ ਬਣਾ ਲਵੇ, ਆਦਮੀ ਬਰਦਾਸ਼ਤ ਕਰ ਲਏਗਾ। ਆਦਮੀ ਬਰਦਾਸ਼ਤ ਕਰ ਲਏਗਾ। ਕਈ ਵਾਰੀ ਕਿਹਾ ਜਾਂਦਾ ਕਿ ਔਰਤ ਬੋਲਦੀ ਜ਼ਿਆਦਾ ਹੈ, ਕਿਹਾ ਜਾਂਦਾ, ਬਿਲਕੁਲ ਕਿਹਾ ਜਾਂਦਾ, ਉਹ ਬੋਲਦੀ ਜ਼ਿਆਦਾ ਨਹੀਂ ਹੈ, ਉਸ ਕੋਲ ਬੋਲਣ ਵਾਸਤੇ ਵਿਸ਼ੇ ਜ਼ਿਆਦਾ ਹੈ। ਐਗਜ਼ੈਕਟਲੀ, ਕਿਆ ਬਾਤ ਹੈ। ਔਰਤ ਜਿਹੜੀ ਹੈ ਘਰ ਦੇ ਵਿੱਚ 165 ਕਿਸਮ ਦੇ ਕੰਮ ਕਰਦੀ ਹੈ। ਕਈ ਖੇਤਰ ਹਨ ਜਿਨ੍ਹਾਂ ਬਾਰੇ ਪੁਰਸ਼ ਨੂੰ ਗੱਲ ਕਰਨ ਦੀ ਲੋੜ ਹੀ ਨਹੀਂ ਪੈਂਦੀ। ਕਈ ਵਾਰੀ ਔਰਤਾਂ ਕਹਿੰਦੀਆਂ ਕਿ ਪੁਰਸ਼ ਸਾਡੀ ਗੱਲ ਨਹੀਂ ਸੁਣਦੇ। ਪੁਰਸ਼ ਜਿਹੜਾ ਨਾ, ਉਹਦੀ ਬਿਰਤੀ ਕਮਾਉਣ ਦੀ ਹੈ, ਉਹਨੂੰ ਪੈਸੇ ਦਿਓ, ਜਿੰਨੀਆਂ ਮਰਜ਼ੀ ਗੱਲਾਂ ਕਰ ਲਓ ਸੁਣ ਜਾਏਗਾ। ਉਹ ਸੁਣਨ ਨੂੰ ਵੀ ਆਪਣਾ ਧੰਦਾ ਬਣਾ ਲਏਗਾ। ਕੀ ਬਾਤ ਹੈ ਸਰ, ਬਿਲਕੁਲ। ਔਰਤ ਨੂੰ ਮੁਫ਼ਤ ਕੰਮ ਕਰਵਾਏ ਜਾਂਦੇ ਆ ਪੁਰਸ਼ ਵੱਲੋਂ। 4-5 ਮੈਂ ਕਈ ਵਾਰੀ ਕਹਿਣਾ ਹੁੰਦਾ ਕਿ 8-10 ਬੰਦਿਆਂ ਦੇ ਕੱਪੜੇ ਧੋਣੇ ਹੋਣ ਤਾਂ ਔਰਤ ਧੋਂਦੀ ਹੈ, ਤੇ ਜੇਕਰ 500,000 ਕੱਪੜਾ ਧੋਣਾ ਹੋਵੇ ਤਾਂ ਪੁਰਸ਼ ਧੋਣ ਲੱਗ ਪਏਗਾ, ਕਿਉਂਕਿ ਉਹਦੇ 'ਚ ਕਮਾਈ ਹੈ। ਮੁਫ਼ਤ ਕੰਮ ਔਰਤ ਕਰੇਗੀ। ਬਿਲਕੁਲ ਬਿਲਕੁਲ ਸਰ, ਕੀ ਬਾਤ ਹੈ, ਕੀ ਬਾਤ ਹੈ। ਮੁਫ਼ਤ ਕੰਮ ਔਰਤ ਕਰੇਗੀ। ਪਰ ਬਹੁਤ ਅਨਕਾਊਂਟੇਬਲ ਜਿਹੜੇ ਵਰਕ ਹੈ, ਔਰਤ ਦਾ ਕਿਸੇ ਗਿਣਤੀ 'ਚ ਨਹੀਂ ਆਉਂਦਾ ਜਿਹੜਾ ਕਿ ਫੀਮੇਲ ਜਿਹੜੀ ਹੈਗੀ ਆ ਉਹ ਕਰਦੀ ਹੈ ਨਾ, ਬਹੁਤ ਵੱਡੀ ਕੰਟਰੀਬਿਊਸ਼ਨ ਹੈ। ਹੁਣ ਇਸ ਗੱਲ ਤੋਂ ਉੱਪਰ ਉੱਠਣ ਜਾਣਾ ਚਾਹੀਦਾ ਕਿ ਔਰਤ ਨੂੰ ਔਰਤ ਹੋਣ ਕਰਕੇ ਉਸ ਦੇ ਚੁਟਕਲੇ ਘੜੇ ਜਾ ਰਹੇ ਹਨ। ਨਹੀਂ, ਚੁਟਕਲੇ ਜਿਹੜੇ ਹੈ, ਜਿਹੜਾ ਵੀ ਕਿਸੇ ਸਥਿਤੀ ਦੇ ਵਿੱਚ ਪੂਰਾ ਨਹੀਂ ਉਤਰੇਗਾ ਉਸ ਦੇ ਸੰਬੰਧੀ ਚੁਟਕਲੇ ਹੋਣਗੇ। ਚੁਟਕਲੇ ਅਧਿਆਪਕਾਂ ਬਾਰੇ ਵੀ ਹੈਗੇ ਆ। ਚੁਟਕਲੇ ਜਿਹੜੇ ਹੈ ਕਿਸ ਬਾਰੇ ਨਹੀਂ ਹੈਗੇ? ਪ੍ਰਧਾਨ ਮੰਤਰੀ ਬਾਰੇ ਚੁਟਕਲੇ ਆ, ਬਿਲਕੁਲ ਬਹੁਤ ਨੇ ਸਰ, ਮੁੱਖ ਮੰਤਰੀ ਬਾਰੇ ਚੁਟਕਲੇ ਆ, ਪਰੰਤੂ ਉਹ ਉਹਨਾਂ ਚੁਟਕਲਿਆਂ ਨੂੰ ਸੁਣ ਕੇ ਰੁਕ ਨਹੀਂ ਜਾਂਦੇ। ਅੱਛਾ, ਇੱਕ ਹੋਰ ਚੀਜ਼ ਤੁਹਾਡੇ ਪੁੱਛਣਾ ਚਾਹਾਂਗੀ। ਹੁਣ ਆਪਾਂ ਫੀਮੇਲ ਤੇ ਗੱਲ ਕਰ ਰਹੇ ਹਾਂ ਨਾ, ਫੀਮੇਲ ਤੇ ਚੱਲ ਰਹੀ ਗੱਲ, ਇਹ ਵੀ ਕਿਹਾ ਜਾਂਦਾ ਜੇ ਹੁਣ ਦੋ ਔਰਤਾਂ ਕਿਤੇ ਖੜੀਆਂ ਨੇ, ਇਹ ਟ੍ਰੈਡੀਸ਼ਨ ਤੋਂ ਹੀ ਚੀਜ਼ ਚੱਲ ਰਹੀ ਹੈ, ਇੱਕ ਔਰਤ ਦੇ ਨਾਲ ਬੰਨ ਦਿੱਤੀ ਗਈ ਹੈ ਕਿ ਚੁਗਲੀ, ਚੁਗਲੀ, ਯੈਸ, ਦੋ ਫੀਮੇਲਸ ਖੜੀਆਂ ਨੇ, ਵੈਸੇ ਉਹ ਇੱਕ ਬਹੁਤ ਕੋਈ ਸੈਂਸਿਟਿਵ ਮੁੱਦੇ ਤੇ ਗੱਲ ਵੀ ਬੇਸ਼ੱਕ ਉਹ ਕਰ ਰਹੀਆਂ ਹੋਣ, ਤੇ ਇੱਕ ਮੇਲ ਉਹਨੂੰ ਦੂਰ ਤੋਂ ਦੇਖੇਗਾ ਤਾਂ ਉਹਨਾਂ ਦੀ ਇੱਕ ਉਹਦੀ ਜੱਜਮੈਂਟ ਪਹਿਲੇ ਆਏਗੀ ਕਿ ਇਹ ਚੁਗਲੀ ਕਰ ਰਹੇ ਹੈ, ਠੀਕ ਹੈ। ਇਹ ਚੁਗਲੀ ਕੀ ਮਰਦ ਚੁਗਲੀ ਨਹੀਂ ਕਰਦਾ? ਔਰਤਾਂ ਚੁਗਲੀਆਂ ਕਰਦੀਆਂ, ਪੁਰਸ਼ ਗੱਪਾਂ ਮਾਰਦੇ ਆ। ਇਹ ਦੋਵੇਂ ਚੀਜ਼ਾਂ ਮਨ ਨੂੰ ਲੱਗੇ ਹੋਏ ਜਾਲੇ ਲਾਉਣ ਵਾਸਤੇ ਹੁੰਦੀਆਂ। ਜੇਕਰ ਔਰਤਾਂ ਚੁਗਲੀਆਂ ਨਾ ਕਰਨ ਪਾਗਲ ਹੋ ਜਾਣਗੀਆਂ,
ਜਿੰਨੇ ਪਾਗਲਖਾਨੇ ਹੈ ਨਾ ਉਹਨਾਂ ਵਿੱਚ ਜਿੰਨੇ ਬੰਦੇ ਆ, ਜੇਕਰ ਉਹਨਾਂ ਨੇ ਆਪਣੇ ਦੋਸਤਾਂ ਨਾਲ ਗੱਪਾਂ ਮਾਰੀਆਂ ਹੁੰਦੀਆਂ, ਉਹਨਾਂ ਨੂੰ ਪਾਗਲਖਾਨੇ ਜਾਣ ਦੀ ਲੋੜ ਨਹੀਂ ਸੀ ਪੈਣੀ। ਅੰਦਰੋਂ ਜਿਹੜਾ ਸੀਗਾ ਕਥਾਰਸਿਸ ਉਹਨਾਂ ਤੋਂ, ਮਤਲਬ ਜੋ ਤੁਹਾਡੇ ਮਨ ਦੇ ਅੰਦਰ ਹੈ ਉਸ ਤੋਂ ਛੁਟਕਾਰਾ ਪਾਉਣ ਦਾ ਇੱਕ ਢੰਗ ਹੈ। ਮੈਂ ਤਾਂ ਉਸ ਬੰਦੇ ਦੀ ਕਰਾਮਾਤ ਸਮਝਦਾ ਜਿਸ ਨੇ ਪਹਿਲੀ ਵਾਰੀ ਸੋਟਾ ਵਰਤਣ ਦੀ ਜਗ੍ਹਾ ਤੇ ਗਾਲ ਕੱਢ ਕੇ ਕੰਮ ਸਾਰਿਆ ਹੋਏਗਾ। ਕੰਮ ਸਾਰਿਆ ਹੋਏਗਾ ਜੀ ਜੀ, ਬਿਲਕੁਲ ਸਰ। ਗਾਲ ਦਾ ਵੀ ਰੋਲ ਹੈ, ਥਾਟ ਪ੍ਰੋਸੈਸ ਤੁਹਾਡਾ ਬਿਲਕੁਲ, ਗਾਲ ਦਾ ਵੀ ਰੋਲ ਹੈ। ਵੈਰੀ ਪੋਜ਼ਿਟਿਵ, ਵੈਰੀ ਪੋਜ਼ਿਟਿਵ। ਜਦੋਂ ਅਸੀਂ ਦੋਸਤ ਯਾਰ ਬੈਠੇ ਹੁੰਦੇ ਆ, ਜਿਹੜਾ ਗੈਰ ਹਾਜ਼ਰ ਹੁੰਦਾ ਨਾ, ਉਹਦੇ ਬਾਰੇ ਗੱਪਾਂ ਮਾਰੀਆਂ ਜਾਂਦੀਆਂ। ਐਗਜ਼ੈਕਟਲੀ ਹੁੰਦਾ ਸਰ, ਜੇਕਰ ਤੁਸੀਂ ਉੱਠ ਕੇ ਚਲੇ ਜਾਓਗੇ ਤੁਹਾਡੇ ਪਿੱਛੋਂ ਤੁਹਾਡੀ ਗੱਪਾਂ ਮਾਰੀਆਂ ਜਾਂਦੀਆਂ। ਹਾਂ ਹਾਂ, ਹੋਏ ਹੁੰਦਾ ਸਰ, ਬਿਲਕੁਲ ਹੁੰਦੇ ਆ। ਔਰਤਾਂ ਜਿਹੜੀਆਂ ਹੈਗੀਆਂ ਆਪਣੀ ਪ੍ਰਵਾਨਗੀ ਅਪਰਵਾਨਗੀ, ਔਰਤਾਂ ਕੱਪੜੇ ਹੀ ਨਹੀਂ ਧੋਂਦੀਆਂ, ਬੰਦੇ ਵੀ ਧੋਂਦੀਆਂ। ਕੀ ਬਾਤ ਹੈ ਸਰ, ਤੇ ਉਹਨਾਂ ਨੂੰ ਨਿਚੋੜਦੀਆਂ ਵੀ ਆ ਸਰ। ਫੀਮੇਲ ਨੂੰ ਤਾਂ ਇਹ ਵੀ ਕਿਹਾ ਜਾਂਦਾ ਕਿ ਫੀਮੇਲ ਜਿਹੜੀ ਆ ਉਹਨੂੰ ਸਜਣ ਸਵਰਨ ਦਾ ਸ਼ੌਂਕ ਬਹੁਤ ਹੁੰਦਾ ਹੈ। ਬੀਇੰਗ ਆ ਫੀਮੇਲ, ਮੈਂ ਐਗਰੀ ਕਰਦੀ ਹਾਂ ਇਸ ਚੀਜ਼ ਦੇ ਨਾਲ। ਔਰਤਾਂ ਨੂੰ ਕੱਪੜਿਆਂ ਦੀਆਂ ਸ਼ੌਕੀਨ ਨੇ, ਔਰਤਾਂ ਸ਼ੋਪਿੰਗ ਦੀਆਂ ਸ਼ੌਕੀਨ ਨੇ, ਹੈ ਨਾ। ਅਤੇ ਇਹਦੇ ਪਿੱਛੇ ਤੁਸੀਂ ਕਿਹੜੀ ਚੀਜ਼ ਮਤਲਬ ਕੀ ਦੇਖਦੇ ਹੋ? ਬੰਦੇ ਸ਼ੌਕੀਨ ਨਹੀਂ ਲਾਉਂਦੇ? ਔਰਤ ਨੇ ਉਹ ਪੈਸੇ ਖਰਚਣੇ ਹੁੰਦੇ ਆ ਜਿਹੜੇ ਪੁਰਸ਼ ਕਮਾਉਂਦਾ। ਹਾਂ ਜੀ, ਤੇ ਉਸ ਨੂੰ ਪਰਮਾਉਣਾ ਬੜਾ ਜ਼ਰੂਰੀ ਹੈ। ਕੀ ਬਾਤ ਹੈ, ਉਹ ਕੱਪੜੇ ਨਹੀਂ ਪਾਉਂਦੇ, ਉਹ ਦ੍ਰਿਸ਼ ਸਿਰਜਦੀਆਂ ਜੀ, ਦ੍ਰਿਸ਼ ਸਿਰਜਦੀਆਂ। ਅੱਛਾ, ਜੇਕਰ ਤੁਸੀਂ ਕਿਸੇ ਛਾਵਣੀ ਵਿੱਚ ਚਲੇ ਜਾਓ ਨਾ, ਉੱਥੇ ਪੁਰਸ਼ ਹੀ ਪੁਰਸ਼ ਹੋਣਗੇ, ਉੱਥੇ ਤੁਹਾਡਾ ਦਿਲ ਨਹੀਂ ਲੱਗੇਗਾ। ਔਰਤ ਰੌਣਕ ਲਾਉਂਦੀ ਆ, ਕਿਸੇ ਵਿਆਹ ਦੇ ਸਮਾਗਮ ਤੇ ਵੇਖ ਲੈਣਾ ਤੁਸੀਂ, ਜੇਕਰ ਵਿਆਹ ਵਾਲੀ ਲੜਕੀ ਦੀਆਂ 10-12 ਸਹੇਲੀਆਂ ਆ ਜਾਣ ਨਾ ਉੱਥੇ, ਤੇ ਉਹ ਕੋਈ ਬੰਦਾ ਡੈਕੋਰੇਸ਼ਨ ਵਗੈਰਾ ਵਗੈਰਾ ਵੱਲ ਧਿਆਨ ਨਹੀਂ ਦਿੰਦਾ ਹੈ, ਉਹੀ ਭੰਬੀਰੀ ਵਾਂਗ ਘੁੰਮੀ ਜਾਣਗੀਆਂ ਤੇ ਉਹੀ ਰੌਣਕ ਲਾਈ ਰੱਖਣਗੀਆਂ। ਬਿਲਕੁਲ ਸਰ, ਬਿਲਕੁਲ, ਇੱਕ ਕੁਦਰਤ ਨੇ ਜਿਹੜਾ ਹੈਗਾ, ਇਹ ਤਾਂ ਵਾਕਈ ਮੈਂ ਪਹਿਲਾਂ ਸਟਾਰਟਿੰਗ 'ਤੇ ਵੀ ਕਿਹਾ ਸੀ ਕਿ ਕਿਤਾਬਾਂ ਅਤੇ ਕੁੜੀਆਂ ਤੋਂ ਸੱਖਣੇ ਜੋ ਘਰ ਨੇ ਉਹ ਘਰ ਕਾਹਦੇ ਘਰ ਨੇ, ਬਸ ਸੁਣਨੇ ਜੇ ਤਰ ਨੇ। ਬਹੁਤ ਜਿਹੜੇ ਹੈਗੇ ਫੀਮੇਲ ਦੀ ਜਿਹੜੀ ਹੈਗੀ ਹੈ ਕੰਟਰੀਬਿਊਸ਼ਨ ਹੈ ਸਾਡੀ ਸੋਸਾਇਟੀ ਦੇ ਲਈ, ਸਾਡੇ ਘਰ ਪਰਿਵਾਰ ਦੇ ਲਈ ਕੰਟਰੀਬਿਊਸ਼ਨ ਹਰ ਕਿਸੇ ਦੀ ਹੁੰਦੀ ਹੈ। ਜਾਨਵਰਾਂ ਦੀ ਵੀ ਕੰਟਰੀਬਿਊਸ਼ਨ ਹੈ, ਪੰਛੀਆਂ ਦੀ ਵੀ ਕੰਟਰੀਬਿਊਸ਼ਨ ਹੈ। ਜੇ ਕਿਸੇ ਨੇ ਕੁੱਤਾ ਰੱਖਿਆ ਹੋਵੇ ਘਰ ਦੇ ਵਿੱਚ, ਕੁੱਤਾ ਉਸਦੇ ਘਰ ਦਾ ਬੜਾ ਇੰਪੋਰਟੈਂਟ ਜੀਅ ਬਣ ਜਾਂਦਾ। ਬਿਲਕੁਲ ਸਰ, ਬਿਲਕੁਲ। ਸੋ ਪਾਗਲ ਹੋਣ ਤੋਂ ਬਚਣਾ, ਕੁੱਤਾ ਰੱਖੋ। ਜੇ ਤੁਸੀਂ ਇਕੱਲੇ ਰਹਿੰਦੇ ਹੋ ਤਾਂ ਕੁੱਤਾ ਰੱਖੋ, ਉਹ ਤੁਹਾਡਾ ਸਾਥ ਦੇਗਾ। ਜੇ ਤੁਹਾਨੂੰ ਬੰਦੇ ਚੰਗੇ ਨਹੀਂ ਲੱਗਦੇ, ਕੁੱਤਾ ਰੱਖੋ। ਕੁੱਤਾ ਜਿਹੜਾ ਨਾ ਤੁਹਾਨੂੰ ਇਹ ਨਹੀਂ ਪੁੱਛੇਗਾ, ਵਫਾਦਾਰ ਵਫਾਦਾਰ ਜਾਨਵਰ ਮੰਨਿਆ ਜਾਂਦਾ ਸਭ ਤੋਂ, ਵਫਾਦਾਰ ਹੀ ਨਹੀਂ ਬੜਾ ਸਿਆਣਾ ਜਾਨਵਰ ਮੰਨਿਆ ਜਾਂਦਾ ਹੈ। ਤੁਸੀਂ ਜਿੰਨੀ ਵਾਰੀ ਘਰ ਆਵੋਗੇ, ਕੁੱਤਾ ਹਰ ਵਾਰੀ ਇਉਂ ਤੁਹਾਡਾ ਸਵਾਗਤ ਕਰੇਗਾ ਜਿਵੇਂ ਪਹਿਲੀ ਵਾਰੀ ਮਿਲ ਰਿਹਾ। ਬਿਲਕੁਲ ਸਰ, ਜਦੋਂ ਤੁਸੀਂ ਕਿਤੇ ਜਾਣਾ, ਉਹ ਤੁਹਾਨੂੰ ਇਹ ਨਹੀਂ ਪੁੱਛੇਗਾ ਕਿੱਥੇ ਜਾ ਰਹੇ ਹੈ, ਨਾਲ ਤੁਰੇਗਾ। ਸੋ ਉਹ ਇੱਕ ਪਰਮਾਨੈਂਟ ਰੈਗੂਲਰ ਸਾਥੀ ਹੈ, ਉਹਦੀ ਲੋੜ ਪੈਂਦੀ ਹੈ। ਸਰ ਹੁਣ ਤੁਸੀਂ ਜਿੱਦਾਂ ਇਹ ਗੱਲ ਕੀਤੀ, ਇਕੱਲਤਾ ਦੀ ਗੱਲ ਕੀਤੀ ਯਾਰ, ਤੁਸੀਂ ਤੁਹਾਡੇ ਆਪਣੇ ਬੱਚੇ ਵੀ ਬਾਹਰ ਸੈੱਟ ਨੇ, ਤੇ ਬਹੁਤ ਪੰਜਾਬ ਦੀ ਬਹੁਤ ਜ਼ਿਆਦਾ ਸਾਡਾ ਜਿਹੜਾ ਯੰਗਸਟਰ, ਸਾਡਾ ਯੂਥ ਜਿਹੜਾ ਉਹ ਬਾਹਰ ਵੱਲ ਜਾ ਰਿਹਾ, ਪੇਰੈਂਟਸ ਜਿਹੜੇ ਇੱਥੇ ਰਹਿ ਜਾਂਦੇ ਆ ਉਹ ਇਕੱਲਤਾ 'ਚ ਜਾਂਦੇ ਆ, ਕਈ ਵਾਰੀ ਇੱਕ ਇੱਕ ਬੱਚਾ ਹੁੰਦਾ ਉਹ ਬਾਹਰ ਭੇਜ ਦਿੰਦੇ ਆ, ਤੇ ਤੁਸੀਂ ਬੜਾ ਜ਼ਿੰਦਾ ਦਿਲੀ ਦੇ ਨਾਲ ਰਹਿ ਰਹੇ ਹੋ, ਤੁਹਾਡੇ ਮਤਲਬ ਬੱਚੇ ਬਾਹਰ ਹੈ, ਬਹੁਤ ਲੋਕਾਂ ਨੂੰ ਮੋਟੀਵੇਟ ਕਰ ਰਹੇ ਹੋ, ਤੁਸੀਂ ਉਹਨਾਂ ਪੇਰੈਂਟਸ ਨੂੰ ਕੀ ਕਹਿਣਾ ਚਾਹੋਗੇ ਕਿ ਉਹ ਇਕੱਲਤਾ 'ਚੋਂ ਕਿਵੇਂ ਨਿਕਲਣ? ਮਜਬੂਰੀ ਬਸ, ਮਗਰੂਰੀ ਬਸ, ਬੱਚੇ ਬਾਹਰ ਗਏ ਨੇ ਤਾਂ ਪਿੱਛੇ ਰਹਿ ਗਏ ਜਿਹੜੇ ਬੁੱਢੇ ਉਹਨਾਂ ਦੇ ਮਾਂ ਬਾਪ ਨੇ, ਤੇ ਉਹ ਇਕੱਲਤਾ 'ਚੋਂ ਕਿਵੇਂ ਨਿਕਲਣ? ਮੇਰੀ ਆਪਣੀ ਇਹ ਅੰਡਰਸਟੈਂਡਿੰਗ ਹੈ ਕਿ ਜੇਕਰ 2 ਜਾਂ 3 ਬੱਚੇ ਹੋਣ, ਉਹਦੇ ਵਿੱਚੋਂ ਇੱਕ ਬੱਚਾ ਜਿਹੜਾ ਨਾ ਜ਼ਰੂਰ ਬਾਹਰ ਭੇਜਣਾ ਚਾਹੀਦਾ। ਓਕੇ ਸਰ, ਓਕੇ। ਜੇਕਰ ਇੱਕ ਬੱਚਾ ਬਾਹਰ ਗਿਆ ਹੋਵੇ ਨਾ, ਤੁਸੀਂ ਦੇਖਣਾ ਮਾਪਿਆਂ ਦੀ ਵੋਕੈਬਲਰੀ ਜਿਹੜੀ ਇੰਟਰਨੈਸ਼ਨਲ ਹੋ ਜਾਂਦੀ ਹੈ। ਕੀ ਬਾਤ ਹੈ, ਚੈੱਕ ਇਨ ਹੋ ਗਿਆ ਹੈ, ਫਲਾਈਟ ਲੇਟ ਹੈ, ਮਤਲਬ ਕਿ ਇਹ ਗੱਲਾਂ ਜਿਹੜੀਆਂ ਉਹਨਾਂ ਦੀ ਗੱਲਬਾਤ ਦੇ ਵਿੱਚ ਆ ਜਾਂਦੀਆਂ। ਜਿਨ੍ਹਾਂ ਦੇ ਬੱਚੇ ਬਾਹਰ ਗਏ ਹੋਏ ਆ ਤੇ ਚੰਗਾ ਕੰਮ ਕਰਦੇ ਆ, ਕਮਾਈ ਕਰਦੇ ਆ, ਉਹਨਾਂ ਦੇ ਮਾਪਿਆਂ ਦਾ ਮਨੋਬਲ ਵੱਧ ਜਾਂਦਾ। ਬਹੁਤ ਅੱਛੀ ਗੱਲ ਹੈ, ਬਿਲਕੁਲ ਸਰ। ਉਹਨਾਂ ਦੀ ਸਮਾਜ ਦੇ ਵਿੱਚ, ਆਪਣੀ ਰਿਸ਼ਤੇਦਾਰੀ ਦੇ ਵਿੱਚ ਇੱਜ਼ਤ ਵੱਧ ਜਾਂਦੀ ਹੈ। ਮੈਨੂੰ ਯਾਦ ਆ ਕੋਈ ਬੰਦਾ ਸੀ, ਉਹਨੂੰ ਸਾਰੇ ਤਾਰਾ ਤਾਰਾ ਕਹਿੰਦੇ ਸੀ। ਜਦੋਂ ਉਹਦੇ ਬੱਚੇ ਬਾਹਰ ਚਲੇ ਗਏ ਤਾਂ ਸਾਰੇ ਨੂੰ ਤਾਰਾ ਸਿੰਘ ਨੂੰ ਪੁੱਛ ਲੈਂਦੇ ਆ ਆਪਾਂ, ਤਾਰਾ ਸਿੰਘ ਜੀ ਨੂੰ ਪੁੱਛ ਲੈਂਦੇ ਆਪਾਂ, ਇਹ ਤਾਰਾ ਸਿੰਘ ਜੀ ਨੂੰ ਪੁੱਛ ਲੈਂਦੇ ਆ, ਇਹ ਉਹਦੇ ਬੱਚਿਆਂ ਨੇ ਬਾਹਰ ਜਾਣ ਕਰਕੇ ਸੀ। ਬਾਹਰ ਜਾਣ ਕਰਕੇ, ਬਿਲਕੁਲ ਬਿਲਕੁਲ। ਮਤਲਬ ਅਸਲ ਵਿੱਚ ਤਾਂ ਹਿੰਦੁਸਤਾਨ ਵਿਕਾਸ ਉਦੋਂ ਕਰੇਗਾ ਜਦੋਂ ਵਿਦੇਸ਼ੀ ਹਿੰਦੁਸਤਾਨ ਜਾ ਕੇ ਕੰਮ ਕਰਨਗੇ।
ਇਹ ਬੇਸਿਕਲੀ ਤਾਂ ਸਾਡੀ ਗਰੀਬੀ ਦੀ ਨਿਸ਼ਾਨੀ ਹੈਗੀ ਹੈ ਕਿ ਅਸੀਂ ਆਪਣੇ ਮੁਲਕ ਦੇ ਵਿੱਚ ਉਹੋ ਜਿਹੇ ਹਾਲਾਤ ਪੈਦਾ ਨਹੀਂ ਕਰ ਸਕੇ ਜਿੱਥੇ ਅਸੀਂ ਆਪ ਵੱਡੇ ਚੰਗੇ ਕੰਮਾਂ 'ਤੇ ਲੱਗ ਸਕੀਏ। ਜੇਕਰ ਇੰਟਰਨੈਸ਼ਨਲ ਇੰਸਟੀਟਿਊਸ਼ਨ ਦੇ ਵਿੱਚ ਤੁਸੀਂ ਪੜ੍ਹਾਈ ਕਰੋਗੇ ਤਾਂ ਤੁਹਾਨੂੰ ਉਹ ਜੋਬਸ ਕਰਨ ਵਾਸਤੇ ਵਿਦੇਸ਼ਾਂ ਵਿੱਚ ਜਾਣਾ ਪਏਗਾ, ਨਾਲੇ ਵਿਦੇਸ਼ਾਂ ਨੂੰ ਹੁਣ ਵਿਦੇਸ਼ ਨਾ ਸਮਝੋ। ਬਿਲਕੁਲ ਬਿਲਕੁਲ, ਜਿਹੜਾ ਕਮਿਊਨੀਕੇਸ਼ਨ ਮੀਡੀਆ ਹੈ ਨਾ, ਇਸ ਦੇ ਨਾਲ ਤੁਸੀਂ ਦਿਨ ਦੇ ਵਿੱਚ, ਮੈਂ ਆਪਣੇ ਬੱਚਿਆਂ ਨਾਲ ਜਦੋਂ ਗੱਲ ਕਰਨੀ ਹੋਵੇ, ਮਤਲਬ ਕਿ ਨੰਬਰ ਘੁਮਾਇਆ ਤੇ ਗੱਲ ਹੋ ਜਾਂਦੀ ਹੈ। ਬਿਲਕੁਲ ਬਿਲਕੁਲ, ਸੋ ਸਾਰੀ ਦੁਨੀਆ ਖੁੱਲ ਗਈ ਹੈ। ਸਰ ਬਿਲਕੁਲ ਖੁੱਲ ਗਈ, ਗਲੋਬਲਾਈਜੇਸ਼ਨ ਦਾ ਯੁੱਗ ਹੈ ਨਾ, ਇਹ ਸਾਰੀਆਂ ਚੀਜ਼ਾਂ ਮਤਲਬ ਅਸੀਂ ਅੰਡਰਸਟੈਂਡ ਵੀ ਕਰ ਰਹੇ ਹਾਂ, ਸਭ ਕੁਛ ਚੱਲ ਵੀ ਰਿਹਾ, ਹੰਢਾ ਵੀ ਰਿਹਾ ਪੰਜਾਬੀ ਆਪਣੇ ਤਨ ਮਨ ਤੇ, ਬੱਚੇ ਵਹੀਰਾਂ ਕੱਤ ਕੇ ਬਾਹਰ ਜਾ ਰਹੇ ਨੇ, ਕਿਤੇ ਨਾ ਕਿਤੇ ਸਿਸਟਮ ਦੀ ਪ੍ਰੋਬਲਮ ਹੈਗੀ ਹੈ ਨਾ ਜਿਹਦੇ ਕਰਕੇ। ਪਰ ਤੁਸੀਂ ਆਉਣ ਵਾਲਾ ਜਿੱਦਾਂ ਹੁਣ ਕਿੱਦਾਂ ਦਾ ਸਮਾਂ ਤਸੱਵਰ ਕਰਦਾ ਹੈ ਕਪੂਰ, ਨਰਿੰਦਰ ਸਿੰਘ ਕਪੂਰ ਦੇ ਅੰਦਰ ਬੈਠਾ ਲੇਖਕ, ਸੰਜੀਦਾ ਲੇਖਕ ਕਿਵੇਂ ਦਾ ਸਮਾਂ ਤਸੱਵਰ ਕਰਦਾ ਹੈ? ਜੋ ਕੁਝ ਵਾਪਰ ਰਿਹਾ ਹੈ ਇਹ ਹੈਰਾਨ ਕਰਨ ਵਾਲਾ ਨਹੀਂ ਹੈ। ਓਕੇ, ਇਹ ਦੁਨੀਆਂ ਦੇ ਵਿੱਚ, ਯੂਰਪ ਦੇ ਵਿੱਚ ਬੜੀ ਦੇਰ ਤੋਂ ਵਾਪਰ ਰਿਹਾ। ਉੱਥੇ ਬੱਚੇ ਜਿਹੜੇ ਆ ਵਿਦੇਸ਼ ਨਹੀਂ ਜਾਂਦੇ, ਪਰੰਤੂ ਆਪਣੇ ਪੇਰੈਂਟਸ ਤੋਂ ਚਲੇ ਜਾਂਦੇ ਹੈਗੇ। ਇੰਪੋਰਟੈਂਟ ਗੱਲ ਜਿਹੜੀ ਦੇਖਣ ਵਾਲੀ ਇਹ ਹੈਗੀ ਆ, ਇੰਡੀਪੈਂਡੈਂਟ ਲਾਈਫ। ਮੈਂ ਆਪਣੇ ਪੁੱਤਰ ਦੇ ਕੋਲ ਜਾ ਕੇ ਰਹਿਣਾ ਪਸੰਦ ਨਹੀਂ ਕਰਾਂਗਾ, ਮੈਂ ਆਪਣੀ ਇੰਡੀਪੈਂਡੈਂਟ ਲਾਈਫ ਜਿਉਣੀ ਪਸੰਦ ਕਰਾਂਗਾ। ਮੇਰੇ ਕੋਲ ਸਾਧਨ ਹਨ, ਮੇਰੇ ਕੋਲ ਵਸੀਲੇ ਹਨ, ਮੈਂ ਉਹਨਾਂ ਦੇ ਆਧਾਰ ਉੱਤੇ ਉਵੇਂ ਜੀਣਾ ਪਸੰਦ ਕਰਾਂਗਾ ਜਿਵੇਂ ਮੈਂ ਚਾਹੁੰਦਾ, ਮੈਂ ਜਦੋਂ ਉੱਠਣਾ ਚਾਹੁੰਦਾ। ਮੇਰੇ ਇੱਕ ਮਿੱਤਰ ਹਨ, ਉਹ ਇਸ ਤਰ੍ਹਾਂ ਆਪਣਾ ਮਕਾਨ ਛੱਡ ਕੇ ਆਪਣੇ ਪੁੱਤਰ ਦੇ ਕੋਲ ਜਾ ਕੇ ਰਹਿਣ ਲੱਗ ਪਏ, ਅਤੇ ਉਹ ਇੱਕ ਵਾਰੀ ਕਹਿ ਰਹੇ ਸੀ, ਮੈਨੂੰ ਚਾਹ ਉਦੋਂ ਮਿਲਦੀ ਹੈ ਜਦੋਂ ਮੇਰੀ ਨੂੰਹ ਬਣਾਉਂਦੀ ਹੈ। ਕਹਿੰਦਾ ਮੈਂ ਹੌਸਲਾ ਹੀ ਨਹੀਂ ਕਰਦਾ, ਹੌਸਲਾ ਹੀ ਨਹੀਂ ਕਰ ਸਕਦਾ ਉਹਨੂੰ ਕਹਾਂ ਕਿ ਮੈਨੂੰ ਚਾਹ ਲੋੜ ਹੈ। ਮੈਂ ਦੇਖਦਾ ਰਹਿੰਦਾ ਰਸੋਈ ਵੱਲ, ਬਈ ਉਹ ਚਾਹ ਬਣਾਵੇ। ਅਤੇ ਮੈਨੂੰ ਇੰਡੀਪੈਂਡੈਂਸ ਜਿਹੜੀ ਹੈ ਉਸ ਨੂੰ, ਮੈਨੂੰ ਸਾਰੀ ਦੁਨੀਆ ਆਪਣੀ ਹੈ, ਜੇ ਸਮਝੋ ਤਾਂ ਸਾਰਾ ਸੰਸਾਰ ਆਪਣਾ। ਹੁਣ ਵਸੀਲੇ ਹੋ ਗਏ ਹਨ, ਹੁਣ ਆਇਆ ਜਾਇਆ ਜਾ ਸਕਦਾ ਹੈ। ਇਹ ਮੁੱਢਲੇ ਦੌਰ ਦੀਆਂ ਮੁਸ਼ਕਲਾਂ ਹੈਗੀਆਂ। ਚੰਗੀ ਗੱਲ ਹੈ ਕਿ ਅਸੀਂ ਦੁਨੀਆ ਦੇ ਵਿੱਚ ਫੈਲ ਰਹੇ ਹਾਂ। ਅਸਲ ਵਿੱਚ ਤਾਂ ਹੋਏਗਾ ਇਹ ਕਿ ਹਿੰਦੁਸਤਾਨ ਦੀ ਤਰੱਕੀ ਉਦੋਂ ਹੋਏਗੀ ਜਦੋਂ ਆਪਣੀ ਜਾਤੀ ਤੋਂ ਬਾਹਰ ਵਿਆਹ ਆਮ ਹੋ ਜਾਣ। ਇਸ ਤੋਂ ਵੀ ਅਗਲਾ ਪੜਾਅ ਹੈ, ਅਜੇ ਤਾਂ ਕਿਵੇਂ ਹੀ ਚੱਲਦਾ ਹੈਗਾ, ਜੇਕਰ ਕੋਈ ਪੰਜਾਬੀ ਕਿਸੇ ਤਮਲੀਅਨ ਨਾਲ ਵਿਆਹ ਕਰ ਲਵੇ ਨਾ, ਤੇ ਰਿਸ਼ਤੇਦਾਰ ਕਹਿਣਗੇ ਕਿਉਂ ਕੋਈ ਪੰਜਾਬਣ ਨਹੀਂ ਮਿਲੀ। ਰਾਦਰ ਉਸ ਉਹਨਾਂ ਨੂੰ ਇਸ ਗੱਲ ਦੀ ਪ੍ਰਸ਼ੰਸਾ ਕਰਨੀ ਚਾਹੀਦੀ ਹੈ ਕਿ ਇਸ ਨੇ ਆਪਣੇ ਸਮਾਜ ਤੋਂ ਬਾਹਰ ਜਾ ਕੇ, ਹੋਏਗਾ ਕਿ ਉਹ ਜਿਹੜੀ ਤਾਮਲੀਅਨ ਕੁੜੀ ਹੈ ਉਹ ਪੰਜਾਬੀ ਸਿੱਖ ਜੇਗੀ, ਨਾਲੇ ਨਵੀਂ ਜਨਰੇਸ਼ਨ ਜਿਹੜੀ ਹੋਏ ਕਿ ਡੈਫੀਨਿਟਲੀ ਉਹ ਪੰਜਾਬੀ ਸਿੱਖ ਜੇਗੀ ਤੇ ਪਤੀ ਤਾਮਲੀਅਨ ਸਿੱਖ ਜੇਗਾ, ਤਾਮਿਲ ਭਾਸ਼ਾ ਸਿੱਖ ਜੇਗਾ। ਸੋ ਖੁੱਲਣਾ ਤੇ ਵਿਕਾਸ ਕਰਨਾ ਜਿਹੜਾ ਨਾ, ਇਹ ਜਦੋਂ ਤੱਕ ਦਿਮਾਗ ਨਹੀਂ ਖੁੱਲੇਗਾ ਨਾ ਉਦੋਂ ਤੱਕ ਸੰਭਵ ਨਹੀਂ ਹੋਏਗਾ। ਇਹ ਬਾਹਰ ਜਾਣ ਦੀ ਪ੍ਰਕਿਰਿਆ, ਦਿਮਾਗਾਂ ਨੂੰ ਖੋਲਣ ਦੀ ਪ੍ਰਕਿਰਿਆ। ਕਿਤਾਬਾਂ ਆਪਾਂ ਗੱਲ ਕੀਤੀ ਹੈ ਕਿ ਕਿਤਾਬ ਜਿਹੜੀ ਹੈ ਉਹ ਮਾਇੰਡ ਖੋਲਦੀ ਹੈ, ਹੈ ਨਾ, ਸਭ ਤੋਂ ਵਧੀਆ ਦੋਸਤ ਵੀ ਹੁੰਦੀ ਹੈ ਬੰਦੇ ਦੀ ਕਿਤਾਬ। ਪਰ ਬਹੁਤ ਸਾਰੇ ਇਹੋ ਜਿਹੇ ਲੋਕ ਨੇ ਜਿਹੜੇ ਜੁੜਨਾ ਚਾਹੁੰਦੇ ਆ ਕਿਤਾਬਾਂ ਦੇ ਨਾਲ, ਉਹਨਾਂ ਦੇ ਵਿੱਚ ਸਿਟਿੰਗ ਨਹੀਂ ਹੈ, ਕਿਉਂਕਿ ਤੁਹਾਡੀ ਬਹੁਤ ਜ਼ਿਆਦਾ ਸਿਟਿੰਗ ਹੈ ਬੁੱਕ ਰੀਡਿੰਗ ਦੇ ਲਈ, ਤੁਸੀਂ ਬਹੁਤ ਜ਼ਿਆਦਾ ਸਿਟਿੰਗ ਹੈ ਤੁਹਾਡੀ, ਤੁਸੀਂ ਇਸ ਚੀਜ਼ ਨੂੰ ਵਧਾਉਣ ਵਾਸਤੇ, ਬੁੱਕ ਰੀਡਿੰਗ ਦੀ ਸਿਟਿੰਗ ਨੂੰ ਵਧਾਉਣ ਦੇ ਲਈ ਕੋਈ ਨੁਕਤਾ ਦਰਸ਼ਕਾਂ ਨੂੰ ਦੱਸੋਗੇ ਤੁਸੀਂ? ਮੈਂ ਤਾਂ ਕਿਹਾ ਪੜ੍ਹਨਾ ਸ਼ੁਰੂ ਕਰੋਗੇ, ਪੜ੍ਹਦੇ ਰਹੋਗੇ, ਪੜ੍ਹਨ ਲੱਗ ਜਾਓਗੇ। ਸਰ ਕਿਵੇਂ ਸ਼ੁਰੂ ਤਾਂ ਕਰੋ, ਉਹਦਾ ਇੱਕ ਤਰੀਕਾ ਹੈ ਜੀ, ਉਹ ਦੱਸੋ, ਜ਼ਰੂਰ ਦੱਸੋ। ਤੁਸੀਂ ਦਿਨ ਦੇ ਵਿੱਚ ਨਾ ਇੱਕ ਘੰਟਾ ਰੱਖੋ ਵੀ ਇਸ ਘੰਟੇ ਵਿੱਚ ਮੈਂ ਪੜ੍ਹਨਾ। ਓਕੇ, ਫਿਕਸ ਕਰ ਲਓ ਇੱਕ, ਫਿਕਸ ਕਰ ਲਓ। ਤੁਹਾਡਾ ਪੜ੍ਹਨ ਨੂੰ ਦਿਲ ਨਹੀਂ ਕਰ ਰਿਹਾ, ਕੋਈ ਹੋਰ ਕੰਮ ਨਹੀਂ ਕਰਨਾ, ਬੈਠੇ ਰਹੋ, ਬੈਠੇ ਰਹੋ। ਓਕੇ, ਇੱਕ ਘੰਟਾ ਬੈਠੇ ਰਹੋ ਜੀ, ਤੁਹਾਨੂੰ ਲੱਗੇਗਾ ਵੀ ਇਹ ਤਾਂ ਚੰਗਾ ਸੋਹਣਾ, ਮੈਂ ਪੜ੍ਹ ਹੀ ਲਾ। ਇੱਕ ਇੱਕ ਜਗ੍ਹਾ ਵੀ ਫਿਕਸ ਕਰਨੀ ਪੈਣੀ, ਉੱਥੇ ਬੈਠੋ, ਬੈਠੋ। ਕਈ ਵਾਰੀ ਮਾਵਾਂ ਕਹਿੰਦੀਆਂ ਕਿ ਬੱਚੇ ਜਿਹੜੇ ਨੇ ਟੀਵੀ ਵੇਖਦੇ ਬਹੁਤ ਵੇਖਦੇ, ਅੱਜ ਦੇ ਸਮੇਂ ਦਾ ਬਹੁਤ ਵੱਡਾ ਸੱਚ ਹੈ ਸਰ, ਇੱਕ ਤਰੀਕਾ ਹੈਗਾ। ਕੀ ਤਰੀਕਾ ਸਰ? ਛੁੱਟੀ ਵਾਲੇ ਦਿਨ ਬੱਚੇ ਨੂੰ ਨਾ ਬਿਠਾ ਦਿਓ ਟੀਵੀ ਦੇ ਸਾਹਮਣੇ, ਹਾਂ ਜੀ, ਇਸ ਨੂੰ ਕਹੋ ਤੂੰ 4-5 ਘੰਟੇ ਟੀਵੀ ਵੇਖਣਾ। ਓਕੇ, ਜੋ ਤੈਨੂੰ ਚਾਹੀਦਾ ਨਾ ਮੈਂ ਇੱਥੇ ਤੈਨੂੰ ਦੇਵਾਂਗੀ। ਓਕੇ, ਇੱਥੋਂ ਉੱਠਣਾ ਨਹੀਂ ਹੈ। ਓਕੇ, ਟੀਵੀ ਵੇਖਣਾ, ਰੱਜ ਕੇ ਵੇਖ ਅੱਜ, ਕਿਉਂਕਿ ਤੁਸੀਂ ਉਸ ਨੂੰ ਖੁੱਲ੍ਹ ਦੇ ਦਿੱਤੀ ਹੈ, ਬਹੁਤਾਤ ਪੈਦਾ ਕਰ ਦਿੱਤੀ ਹੈ, ਉਹ ਉਸ ਤੋਂ ਆ ਕੇ ਜਾਵੇਗਾ। ਬਿਲਕੁਲ ਸਰ, ਇਹ ਇੱਕ ਬਹੁਤ, ਉਹ 2 ਘੰਟੇ ਬਾਅਦ ਕਹੇਗਾ ਮੰਮੀ ਮੈਂ ਖੇਡਿਆ ਵਾਂ, ਬੋਰ ਹੋ ਗਿਆ, ਬਿਲਕੁਲ ਬੋਰ ਹੋ ਗਿਆ। ਹਾਂ ਬਿਲਕੁਲ ਸਰ।
ਇਸੇ ਤਰੀਕੇ ਨਾਲ ਮਨ ਨੂੰ ਮਾਰ ਕੇ ਬੈਠੋ ਕਿ ਮੈਂ ਇਹ ਘੰਟਾ ਪੜ੍ਹਨਾ। ਹੌਲੀ 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 ਜਦੋਂ ਤੁਹਾਨੂੰ ਪੜ੍ਹਨ ਵਿੱਚ ਸਵਾਦ ਆਉਣ ਲੱਗ ਜਾਏਗਾ, ਹੌਲੀ 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 ਇਸ ਗੱਲ ਨੂੰ ਧਿਆਨ 'ਚ ਰੱਖ ਕੇ ਮੈਂ ਕੁਝ ਕਿਤਾਬਾਂ ਜਿਹੜੀਆਂ ਲਿਖੀਆਂ, ਮਾਲਾ ਮਣਕੇ ਦਾ, ਕੱਲਿਆਂ ਦਾ ਕਾਫਲਾ ਜਿਹੜਾ ਨਾ, ਇਹ ਇੱਕ ਇੱਕ ਲਾਈਨ ਹੈ। ਇੱਕ ਲਾਈਨ ਨੂੰ ਪੜ੍ਹਨ ਵਾਸਤੇ ਕੋਈ ਮਨ 'ਤੇ ਬੋਝ ਨਹੀਂ ਪਾਉਣਾ ਪੈਂਦਾ, ਪਰੰਤੂ ਇਹ ਕਿਤਾਬ ਜਿਹੜੀ ਨਾ ਤੁਹਾਨੂੰ ਆਪਣੇ ਨਾਲ ਟੋਰ ਲਏਗੀ, ਟੋਰ ਲੈਂਦੀ ਹੈ, ਬਿਲਕੁਲ ਟੋਰਦੀ ਹੈ, ਟੋਰ ਲਏਗੀ। ਉਹਦੇ ਅਰਥ ਜਿਹੜੇ ਹਨ ਨਾ ਤੁਹਾਨੂੰ ਪ੍ਰਸੰਨ ਕਰਨਗੇ। ਐਗਜ਼ੈਕਟਲੀ ਸਹੀ ਹੈ। ਇਸ ਤਰ੍ਹਾਂ ਇਹ ਨਹੀਂ ਹੈਗਾ ਕਿ ਤੁਸੀਂ ਕੇਵਲ ਮੇਰੀਆਂ ਕਿਤਾਬਾਂ ਪੜ੍ਹੋਗੇ, ਤੁਹਾਨੂੰ ਕਿਤਾਬਾਂ ਪੜ੍ਹਨ ਦੀ ਆਦਤ ਪੈ ਜਾਏਗੀ, ਤੁਸੀਂ ਹੋਰ ਕਿਤਾਬਾਂ ਪੜ੍ਹੋਗੇ। ਥੈਂਕ ਯੂ ਸੋ ਮਚ ਸਰ, ਥੈਂਕ ਯੂ ਫੋਰ ਕਮਿੰਗ। ਮਿਹਰਬਾਨੀ, ਥੈਂਕ ਯੂ ਵੈਰੀ ਮਚ। ਜੇਕਰ ਤੁਸੀਂ ਟ੍ਰੈਂਡਸੈਟਰ ਪੰਜਾਬੀ ਨੂੰ ਸਬਸਕ੍ਰਾਈਬ ਨਹੀਂ ਕੀਤਾ, ਜਲਦੀ ਜਲਦੀ ਸਬਸਕ੍ਰਾਈਬ ਕਰ ਦਿਓ, ਬੈਲ ਆਈਕਨ ਨੂੰ ਦਬਾ ਦਿਓ, ਅਤੇ ਲਾਈਕ ਸ਼ੇਅਰ ਮੈਨੂੰ ਯਕੀਨ ਹੈ ਤੁਸੀਂ ਅਕਸਰ ਕਰਦੇ ਹੋ ਅਤੇ ਕਰ ਹੀ ਦੇਣਾ। ਸੋ ਦੋਸਤੋ, ਜੁੜੇ ਰਹੋ ਟ੍ਰੈਂਡਸੈਟਰ ਪੰਜਾਬੀ ਦੇ ਨਾਲ, ਕੱਪ ਸ਼ਪ ਵਿੱਚ ਚਾਹ ਦਾ ਕੱਪ ਦੇ ਨਾਲ, ਫਿਰ ਮਿਲਣ ਦੇ ਵਾਧੇ ਨਾਲ। ਰੁਖਸਤ ਹੁੰਦੀ ਹੈ, ਸਤਿ ਸ਼੍ਰੀ ਅਕਾਲ।